ਲਓ ਜੀ ਸੱਜਣ ਪਿਆਰਿਓ, ਬਹੁਤ ਬਹੁਤ ਸਵਾਗਤ ਆ ਤੁਹਾਡਾ ਸਭਨਾਂ ਦਾ SMZ ਨਿਊਜ਼ 'ਚ। ਮੈਂ ਹਾਂ ਵਰਿੰਦਰ, ਹਾਜ਼ਰ ਹਾਂ ਜੀ ਪ੍ਰੋਗਰਾਮ ਪੱਖ ਦੀ ਸਿਆਸਤ ਲੈ ਕੇ। ਦੋਸਤੋ, ਜਿਵੇਂ ਕਿ ਲੰਘੇ ਦਿਨ ਕੇਂਦਰ ਸਰਕਾਰ ਵੱਲੋਂ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਲਾਗੂ ਕਰ ਦਿੱਤਾ ਗਿਆ। ਇਹ CAA ਕਾਨੂੰਨ ਹੈ ਕੀ, ਕਿਹਨਾਂ ਲੋਕਾਂ ਨੂੰ ਲੈ ਕੇ ਇਸ ਨੂੰ ਬਣਾਇਆ ਗਿਆ, ਕਿਉਂ ਬਣਾਇਆ ਗਿਆ, ਚੋਣਾਂ ਦੇ ਨੇੜੇ ਇਹਨੂੰ ਕਿਉਂ ਲਾਗੂ ਕੀਤਾ ਗਿਆ, ਅਤੇ ਇਸ ਦੇ ਲਾਗੂ ਹੋਣ ਨਾਲ ਦੇਸ਼ ਦੇ ਹਾਲਾਤਾਂ 'ਤੇ ਕੀ ਅਸਰ ਪਵੇਗਾ, ਇਹਨਾਂ ਸਭਨਾਂ ਮੁਤੱਲਕ ਗੱਲਬਾਤ ਕਰਨ ਦੇ ਲਈ ਅੱਜ ਫਿਰ ਤੋਂ ਸਾਡੇ ਨਾਲ ਮੌਜੂਦ ਨੇ ਮਸ਼ਹੂਰ ਸਮਾਜ ਵਿਚਾਰਕ ਡਾਕਟਰ ਬਲਵਿੰਦਰ ਸਿੰਘ ਔਲਖੁਰੀ। ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ। ਧੰਨਵਾਦ। ਡਾਕਟਰ ਸਾਹਿਬ, ਇਹ ਜਿਹੜਾ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਹੈ, ਇਹਦੇ ਬਾਰੇ ਥੋੜ੍ਹਾ ਜਿਹਾ ਚਾਨਣਾ ਪਾਓ ਕਿ ਇਹ ਹੈ ਕੀ। ਦੇਖੋ ਜੀ, ਇਹ ਇੱਕ ਬੇਲੋੜਾ ਕਾਨੂੰਨ ਆ, ਇਹ ਉਹ ਚੀਜ਼ ਆ ਕਿ ਜਿਹੜੀ ਹੋਣੀ ਨਹੀਂ ਸੀ ਚਾਹੀਦੀ। ਦੇਖੋ, ਅਸੀਂ ਖੇਡਾਂ ਖੇਡਦੇ ਹਾਂ, ਮੰਨ ਲਓ ਕਿ ਤੁਸੀਂ ਹਾਕੀ ਖੇਡ ਰਹੇ ਹੋ, ਹਾਕੀ ਦੇ ਵਿੱਚ ਇੱਕ ਟੀਮ ਬੜੇ ਜ਼ੋਰ ਨਾਲ ਮੈਚ ਗੋਲ ਲੈ ਕੇ ਜਾਂਦੀ ਹੈ ਦੂਜੇ ਪਾਸੇ, ਅਤੇ ਉਹ ਗੋਲ ਕਰਦੀ ਹੈ, ਮੰਨ ਲਓ ਉਹ ਕਾਮਯਾਬ ਨਹੀਂ ਹੁੰਦੀ, ਮੰਨ ਲਓ ਰੈਫਰੀ ਆਪਣੀ ਜੇਬ 'ਚੋਂ ਹੀ ਇੱਕ ਗੋਲ ਕੱਢ ਕੇ ਮਾਰਦਾ, ਗੋਲ ਦੇ ਵਿੱਚ ਕਹਿੰਦਾ ਉਹ ਗੋਲ ਹੋ ਗਿਆ, ਨਿਯਮ ਤੋੜ ਦਿੱਤੇ ਗਏ। ਸੰਵਿਧਾਨ ਜਿਹੜਾ ਬਾਬਾ ਸਾਹਿਬ ਨੇ ਬਣਾਇਆ ਸਾਡਾ, ਜੋ ਸਾਡੇ ਮੁਲਕ 'ਚ ਲਾਗੂ ਹੈ ਜੀ, ਇਹ ਦੁਨੀਆ ਦੇ ਬਿਹਤਰੀਨ ਸੰਵਿਧਾਨਾਂ 'ਚੋਂ ਇੱਕ ਹੈ। ਬਿਲਕੁਲ, ਇਹਦੇ ਵਿੱਚ ਬਕਾਇਦਾ ਇਸ ਗੱਲ ਦੀ ਵਿਵਸਥਾ ਕੀਤੀ ਗਈ ਹੈ ਕਿ ਤੁਸੀਂ ਕਿਸੇ ਵੀ ਬੰਦੇ ਨਾਲ ਉਹਦੇ ਧਰਮ ਜਾਤ ਨੂੰ ਲੈ ਕੇ ਵਿਤਕਰਾ ਨਹੀਂ ਕਰੋਗੇ ਜੀ। ਔਰ ਜਿਹੜਾ ਇਹ ਕਾਨੂੰਨ ਬਣਾਇਆ ਗਿਆ, ਇਹਦੇ ਵਿੱਚ ਜਾਣ ਬੁੱਝ ਕੇ ਇੱਕ ਖਾਸ ਧਰਮ ਨੂੰ, ਯਾਨੀ ਮੁਸਲਮਾਨ ਧਰਮ ਨੂੰ ਉਹਦੇ ਨਾਲ ਵਿਤਕਰਾ ਕੀਤਾ ਗਿਆ, ਬਾਕੀ ਜਿੰਨੇ ਧਰਮ ਨੇ ਉਹਨਾਂ ਦੇ ਨੂੰ ਸਿਟੀਜ਼ਨਸ਼ਿਪ ਹੱਕ ਦਿੱਤੇ ਗਏ ਨੇ, ਸਿਰਫ ਇੱਕ ਤਾਂ ਮੁਸਲਮਾਨ ਧਰਮ ਨੂੰ ਛੱਡਿਆ ਗਿਆ। ਇਹ ਸੰਵਿਧਾਨ ਦੀ ਬੁਨਿਆਦੀ ਭਾਵਨਾ ਦੇ ਖਿਲਾਫ ਕਾਨੂੰਨ ਹੈ, ਇਹ ਕਾਨੂੰਨ ਬਣਨਾ ਨਹੀਂ ਸੀ ਚਾਹੀਦਾ, ਹੁਣ ਬਣ ਗਿਆ ਅਤੇ ਇਹਨੂੰ ਲਾਗੂ ਨਹੀਂ ਸੀ ਹੋਣਾ ਚਾਹੀਦਾ। ਅਜੇ ਤਾਂ ਸੁਪਰੀਮ ਕੋਰਟ ਨੇ ਇਹਦੀ ਵਿਧਾਨਕਤਾ ਦੇ ਉੱਤੇ ਫੈਸਲਾ ਵੀ ਨਹੀਂ ਕੀਤਾ, ਇਸ ਕਰਕੇ ਇਹਦਾ ਲਾਗੂ ਕੀਤਾ ਜਾਣਾ ਤਾਂ ਸੁਪਰੀਮ ਕੋਰਟ ਦਾ ਵੀ ਅਪਮਾਨ ਹੈ। ਮੈਨੂੰ ਨਹੀਂ ਪਤਾ ਸੁਪਰੀਮ ਕੋਰਟ ਇਹਨੂੰ ਕਿਵੇਂ ਲੈਂਦੀ ਹੈ, ਪਰ ਇਹ ਸੁਪਰੀਮ ਕੋਰਟ ਦੇ ਨਾਲ ਵੀ ਕੰਟਰਾਡਿਕਟ ਕਰੇਗਾ, ਅਤੇ ਇਸ ਕਰਕੇ ਇਹ ਇੱਕ ਮੰਦਭਾਗੀ ਘਟਨਾ ਹੋਈ ਹੈ। ਅੱਛਾ ਡਾਕਟਰ ਸਾਹਿਬ, ਜਿਵੇਂ ਕਿ ਇਸ ਕਾਨੂੰਨ ਦੇ ਮੁਤਾਬਕ ਹਿੰਦੂ, ਸਿੱਖ, ਕ੍ਰਿਸਚਨ, ਬੋਧੀ, ਜੈਨ, ਪਾਰਸੀ ਅਤੇ ਇਹਨਾਂ 6 ਕਮਿਊਨਿਟੀਜ਼ ਨੂੰ ਸ਼ਾਮਿਲ ਕੀਤਾ ਗਿਆ ਕਿ ਭਾਈ, ਔਰ ਖਾਸ ਤੌਰ 'ਤੇ ਜਿਸ ਢੰਗ ਨਾਲ ਦੱਸਦੇ ਨੇ ਕਿ 3 ਮੁਲਕਾਂ ਦੇ ਵਿੱਚ ਪਾਕਿਸਤਾਨ, ਬੰਗਲਾਦੇਸ਼ ਅਤੇ ਅਫਗਾਨਿਸਤਾਨ, ਇੱਥੇ ਜਿਹੜੇ ਇਹ ਕੌਮਾਂ ਹੈਗੀਆਂ ਨੇ, ਅਤੇ ਜੇ ਉਹ ਭਾਰਤ ਦੇ ਵਿੱਚ ਸਮਝ ਲਓ ਕਿ 31 ਦਸੰਬਰ 2014 ਤੋਂ ਇਹਨਾਂ ਨੇ ਕੱਟ ਆਫ ਡੇਟ ਰੱਖੀ ਹੋਈ ਹੈ ਵੀ ਉਹ ਰਹਿ ਰਹੇ ਨੇ ਇੱਥੇ, ਹੈ ਨਾ, ਉਦੋਂ ਤੋਂ, ਅਤੇ ਇਹ ਸਿਟੀਜ਼ਨਸ਼ਿਪ ਅਪਲਾਈ ਕਰ ਸਕਦੇ ਨੇ। ਹੁਣ ਸਵਾਲ ਇੱਕ ਇਹ ਹੈ ਕਿ ਇਹਨਾਂ 6 ਕੌਮਾਂ ਨੂੰ ਹੀ ਕਿਉਂ? ਹੁਣ ਜੇ ਆਪਾਂ ਦੂਜੇ ਪਾਸੇ ਗੱਲ ਕਰੀਏ, ਪਾਕਿਸਤਾਨ ਦੇ ਵਿੱਚ ਕਿ ਪੂਰੇ ਦੁਨੀਆਂ ਦੇ ਵਿੱਚ ਜਿਹੜੇ ਅਹਿਮਦੀਆ ਮੁਸਲਮਾਨ ਨੇ, ਆਪਣੇ ਇੱਥੇ ਵੀ ਕਾਦੀਆਂ ਦੇ ਵਿੱਚ ਕਾਫ਼ੀ ਤਾਦਾਦ ਹੈ ਉਹਨਾਂ ਦੀ, ਹਿੰਦੁਸਤਾਨ ਦੇ ਵਿੱਚ ਵੀ ਹੈਗੇ ਨੇ ਕਾਫ਼ੀ, ਹੈ ਨਾ, ਬਹੁਤ ਜ਼ਿਆਦਾ ਤਾਂ ਨਹੀਂ ਕਿਹਾ ਜਾ ਸਕਦਾ ਤਾਦਾਦ ਇਹਨਾਂ ਦੀ, ਪਰ ਜੇ ਹੁਣ ਆਪਾਂ ਜੇ ਗੱਲ ਕਰੀਏ, ਪਾਕਿਸਤਾਨ ਉਹ ਮੁਲਕ ਹੈ ਜਿਹਨਾਂ ਜਿਸਨੇ ਅਹਿਮਦੀਆ ਮੁਸਲਮਾਨਾਂ ਨੂੰ ਕਾਨੂੰਨ ਪ੍ਰੋਪਰ ਬਣਾ ਕੇ ਉਹਨਾਂ ਨੂੰ ਗੈਰ ਮੁਸਲਮਾਨ ਜਿਹੜਾ ਐਲਾਨ ਕਰ ਦਿੱਤਾ, ਅਤੇ ਉਹ ਜੋ ਚੀਜ਼ਾਂ ਹੋਣੀਆਂ ਸੀ ਚਾਹੀਦੀਆਂ ਸੀ ਕਿ ਮੁਸਲਮਾਨਾਂ ਨੂੰ ਲੈ ਕੇ ਪਾਕਿਸਤਾਨ ਦੇ ਵਿੱਚ, ਉਹ
ਨਹੀਂ ਹੈ, ਪਹਿਲਾ ਮੁਲਕ ਹੈ ਜਿਹਨਾਂ ਨੇ ਜਿਸਨੇ ਕਾਨੂੰਨ ਬਣਾ ਕੇ ਅਹਿਮਦੀਆਂ ਮੁਸਲਮਾਨਾਂ ਨੂੰ ਗੈਰ ਮੁਸਲਮਾਨ ਐਲਾਨ ਕੀਤਾ ਹੈ। ਦੇਸ਼ ਦੇ ਵਿੱਚ ਵੀ, ਹਿੰਦੁਸਤਾਨ ਦੇ ਵਿੱਚ ਵੀ ਅਹਿਮਦੀਆਂ ਮੁਸਲਮਾਨਾਂ ਨੂੰ ਲੈ ਕੇ ਜੋ ਕੁਛ ਹੁੰਦਾ ਤੁਹਾਨੂੰ ਸਭ ਨਾਲ ਪਤਾ ਹੀ ਹੈ ਤੁਹਾਨੂੰ। ਹੁਣ ਕਈ ਲੋਕਾਂ ਦਾ ਇਹ ਕਹਿਣਾ ਹੈ ਕਿ ਜਿਹੜੇ ਅਹਿਮਦੀਆਂ ਮੁਸਲਮਾਨ ਨੇ ਉਹਨਾਂ ਨੂੰ ਕਿਉਂ ਨਹੀਂ ਸ਼ਾਮਲ ਕੀਤਾ ਗਿਆ, ਉਹ ਵੀ ਤਾਂ ਪੜਤਾੜਤ ਹੈਗੇ ਨੇ। ਦੇਖੋ ਜੀ, ਪਹਿਲੀ ਗੱਲ ਤਾਂ ਪਾਕਿਸਤਾਨ ਦੇ ਵਿੱਚ ਜਿਹੜਾ ਅਹਿਮਦੀਆ ਮੁਸਲਮਾਨਾਂ ਦੇ ਨਾਲ ਭੇਦਭਾਵ ਹੋਇਆ ਉਹ ਵੀ ਗਲਤ ਹੈ, ਕਿਉਂਕਿ ਜਦੋਂ ਕਾਇਦੇ ਆਜ਼ਮ ਨੇ ਪਾਕਿਸਤਾਨ ਬਣਾਇਆ ਸੀ ਅਤੇ ਉਹਨਾਂ ਨੇ ਇੱਕ ਸੈਕਿਊਲਰ ਸਟੇਟ ਬਣਾਇਆ ਸੀ। ਮੈਂ ਜਿਹੜੀਆਂ ਬਾਅਦ ਦੀਆਂ ਸਰਕਾਰਾਂ ਆਈਆਂ, ਮਿਲਟਰੀ ਹਕੂਮਤਾਂ ਆਈਆਂ, ਉਹਨਾਂ ਦੀ ਗੱਲ ਨਹੀਂ ਕਰ ਰਿਹਾ, ਮਗਰ ਕਾਇਦੇ ਆਜ਼ਮ ਦੇ ਵਿਚਾਰ ਤਾਂ ਜਿਹੜੇ ਸੀ ਉਹ ਸੈਕਿਊਲਰ ਸੀ। ਉਹਨਾਂ ਨੇ ਇੱਕ ਸੈਕਿਊਲਰ ਸਟੇਟ ਬਣਾਇਆ ਸੀ, ਉਹਦੇ ਵਿੱਚ ਅਹਿਮਦੀਆਂ ਨੂੰ ਹੱਕਾਂ ਤੋਂ ਇਨਕਾਰ ਨਹੀਂ ਸੀ ਕੀਤਾ ਜਾਣਾ ਚਾਹੀਦਾ। ਦੂਜੇ ਨੰਬਰ ਦੇ ਉੱਤੇ ਜਿਹੜੇ ਤੁਸੀਂ ਕਹਿ ਰਹੇ ਹੋ ਕਿ 6 ਧਰਮਾਂ ਦਾ ਨਾਂ ਲਿਆ, ਉਹਨਾਂ 'ਚ ਬੋਧੀ ਵੀ ਨੇ, ਅਤੇ ਜੇ ਬੋਧੀਆਂ ਨੂੰ ਹੀ ਇਹਨਾਂ ਨੇ ਅਧਿਕਾਰ ਦਿੱਤੇ ਨੇ ਤਾਂ ਫਿਰ ਜਿਹੜੇ ਤਿੱਬਤ ਤੋਂ ਆਏ ਨੇ ਬੋਧੀ ਉਹਨਾਂ ਵਾਸਤੇ ਅਧਿਕਾਰ ਕਿਉਂ ਨਹੀਂ ਦਿੱਤੇ ਗਏ? ਜੇ ਇਹਨਾਂ ਨੇ ਹਿੰਦੂਆਂ ਨੂੰ ਅਧਿਕਾਰ ਦਿੱਤੇ ਗਏ ਨੇ ਅਤੇ ਜਿਹੜੇ ਸ਼੍ਰੀਲੰਕਾ ਤੋਂ ਤਮਿਲ ਆਏ ਨੇ ਉਹ ਤਾਂ ਹਿੰਦੂ ਨੇ ਜੀ, ਉਹਨਾਂ ਨੂੰ ਕਿਉਂ ਨਹੀਂ ਅਧਿਕਾਰ ਦਿੱਤੇ ਗਏ? ਬਿਲਕੁਲ, ਇਹ ਤਾਂ ਕਾਨੂੰਨ ਇੰਨਾ ਗਲਤ ਹੈ, ਮਤਲਬ ਇੱਕ ਗੰਦਗੀ ਦਾ ਟੋਕਰਾ ਹੈ ਇਹ ਤਾਂ, ਮਤਲਬ ਤੁਸੀਂ ਕਿਹਾ ਚਿੱਕੜ ਦਾ ਇੱਕ ਝੋਲਾ ਭਰਿਆ ਹੋਇਆ, ਇਹ ਕਾਨੂੰਨ ਇੰਨਾ ਗੰਦਾ। ਇਹਦੇ ਵਿੱਚ ਤਾਂ ਜਿੱਧਰੋਂ ਵੀ ਤੁਸੀਂ ਬੈਠ ਕੇ ਵਿਚਾਰ ਕਰੋਗੇ ਨਾ, ਤੁਸੀਂ ਕਹਿ ਰਹੇ ਹੋ ਨਾ ਹਿੰਦੂਆਂ ਨੂੰ ਅਧਿਕਾਰ, ਕਿਹੜੇ ਹਿੰਦੂਆਂ ਨੂੰ? ਜਿਹੜੇ ਤਮਿਲਨਾਡੂ ਤੋਂ ਆਏ ਨੇ, ਤਮਿਲ ਆਏ ਨੇ ਉੱਥੇ ਸ਼੍ਰੀਲੰਕਾ ਤੋਂ, ਉਹ ਕੋਈ ਹਿੰਦੂ ਨਹੀਂ ਹੈਗੇ? ਮਿਆਂਮਾਰ ਦੇ ਵਿੱਚ ਵੀ ਬੋਧੀਆਂ ਨਾਲ ਕਹਿੰਦੇ ਕਾਫੀ ਤਸ਼ੱਦਦ ਹੁੰਦੀ ਹੈ, ਉਹਨਾਂ ਨਾਲ ਵੀ ਧੱਕਾ ਹੁੰਦਾ, ਉਹਨਾਂ ਨੂੰ ਕਿਉਂ ਨਹੀਂ ਦਿੱਤਾ? ਮਿਆਂਮਾਰ ਤੋਂ ਜਿਹੜੇ ਬੋਧੀ ਆਏ ਨੇ ਉਹ ਬੋਧੀ ਨਹੀਂ ਹੈਗੇ? ਕਹਿਣ ਦਾ ਮਤਲਬ ਇਹ ਆ ਕਿ ਇਹ ਇੱਕ ਤਰ੍ਹਾਂ ਦਾ ਇੱਕ ਸੜੀ ਹੋਈ ਮਾਨਸਿਕਤਾ ਵਾਲਾ ਕਾਨੂੰਨ ਹੈ, ਇਹ ਤਾਂ ਪਹਿਲੀ ਗੱਲ ਬਣਨਾ ਨਹੀਂ ਚਾਹੀਦਾ। ਸਾਡੇ ਆਰਟੀਕਲ ਜਿਹੜਾ ਹੈਗੇ ਨੇ ਆਰਟੀਕਲ 14 ਤੋਂ ਲੈ ਕੇ 18 ਤੱਕ ਸਾਰੇ ਆਰਟੀਕਲ, ਇਕੱਲੇ ਇਕੱਲੇ ਨੂੰ ਵੀ ਦੇਖੀਏ ਤਾਂ 14 ਆਰਟੀਕਲ 'ਤੇ ਬਰਾਬਰੀ ਦਾ ਅਧਿਕਾਰ ਦਿੰਦਾ, ਅਤੇ 15 ਆਰਟੀਕਲ ਇਹ ਕਹਿੰਦਾ ਕਿ ਤੁਸੀਂ ਡਿਸਕ੍ਰਿਮੀਨੇਟ ਨਹੀਂ ਕਰ ਸਕਦੇ, 16 ਨੰਬਰ ਆਰਟੀਕਲ 'ਤੇ ਇਹ ਕਹਿੰਦਾ ਕਿ ਤੁਸੀਂ ਕਿਸੇ ਨੂੰ ਮੌਕਾ ਦੇਣ ਤੋਂ ਇਨਕਾਰ ਨਹੀਂ ਕਰ ਸਕਦੇ, ਅਤੇ ਇਹਨਾਂ ਨੇ ਤਾਂ ਮੌਕਾ ਦੇਣ ਤੋਂ ਇਨਕਾਰ ਕਰ ਦਿੱਤਾ ਨਾ ਕਈਆਂ ਬਰਾਦਰੀਆਂ ਨੂੰ, ਅਤੇ 18 ਤੱਕ ਆਰਟੀਕਲ ਸਾਨੂੰ ਜਿਹੜੇ ਸਾਡੇ ਮੂਲਭੂਤ ਅਧਿਕਾਰਾਂ ਦੇ ਨੇ, ਸਾਡੇ ਡਿਸਕ੍ਰਿਮੀਨੇ, ਮਤਲਬ ਪੂਰਾ ਜੋ ਸੰਵਿਧਾਨ ਸਾਡਾ ਲਿਖਿਆ, ਜੋ ਬਾਬਾ ਸਾਹਿਬ ਨੇ ਜੋ ਪ੍ਰਸਤਾਵਨਾ ਲਿਖੀ ਸੰਵਿਧਾਨ ਦੀ, ਇਹ ਤਾਂ ਪ੍ਰਸਤਾਵਨਾ ਦੇ ਵੀ ਖਿਲਾਫ ਆ। ਉਹਦੇ 'ਚ ਉਹਨਾਂ ਨੇ ਯੂਜ ਕੀਤਾ ਨਾ ਕਿ ਸੈਕਿਊਲਰ ਸਟੇਟ ਆ ਅਸੀਂ, ਅਸੀਂ ਧਰਮ ਦੇ ਨਾਂ 'ਤੇ ਤਾਂ ਕਿਸੇ ਨਾਲ ਭੇਦਭਾਵ ਕਰ ਹੀ ਨਹੀਂ ਸਕਦੇ, ਪਰ ਪਤਾ ਨਹੀਂ ਜਿਹੜੀ ਹੁਕਮਰਾਨ ਧਿਰ ਹੈਗੀ ਹੈ ਇਸ ਵਕਤ, ਇਹਨਾਂ ਦੇ ਦਿਮਾਗ ਦੇ ਨੂੰ ਤਾਂ ਕੀੜੇ ਲੱਗੇ ਹੋਏ ਨੇ ਅੰਦਰੋਂ, ਇਹ ਤਾਂ ਗੰਦੇ ਕੀੜੇ ਨੇ ਜਿਹੜੇ ਅੰਦਰੋਂ ਇਹਨਾਂ ਨੂੰ ਖਾ ਰਹੇ ਨੇ, ਔਰ ਇਹ ਜਦੋਂ ਵੀ ਮੂੰਹ ਖੋਲਦੇ ਆ ਇਹ ਗੰਦ ਹੀ ਨਿਕਲਦਾ ਬਾਹਰ। ਕਾਰਨ ਕੀ ਹੈ ਲਾਗੂ ਕਰਨ ਦਾ, ਇਹਨੇ ਅਮੈਂਡ ਕਰਨ ਦਾ ਅਤੇ ਅਮੈਂਡ ਕਰਕੇ ਲਾਗੂ ਕਰਨ ਦਾ ਕੀ ਕਾਰਨ? ਕਾਰਨ ਦੇਖੋ, ਇਹਦੇ 2-3 ਸੰਦਰਭਾਂ 'ਚ ਦੇਖ ਸਕਦੇ ਆ। ਪਹਿਲੀ ਗੱਲ ਤਾਂ ਇਹ ਹੈ ਕਿ ਜਿਹੜਾ ਇਹਨਾਂ ਨੇ ਕਾਂਡ ਕੀਤਾ ਸੀ ਚੰਡੀਗੜ੍ਹ ਦੇ ਵਿੱਚ ਮੇਅਰ ਦਾ, ਇਹਨਾਂ ਦੀ ਥੂਥੂ ਹੋਈ। ਫਿਰ ਜਿਹੜਾ ਸੁਪਰੀਮ ਕੋਰਟ ਨੇ ਜੇ ਅਗਰ ਕਹਿ ਹੀ ਦਿੱਤਾ ਸੀ ਵੀ ਤੁਸੀਂ ਉਹਨਾਂ ਲੋਕਾਂ ਦੇ ਨਾਮ ਜ਼ਾਹਰ ਕਰੋ ਜਿਹੜੇ ਲੋਕਾਂ ਨੇ ਪਾਰਟੀਆਂ ਨੂੰ ਇਲੈਕਟੋਰਲ ਬਾਂਡ ਦੇ ਜ਼ਰੀਏ ਚੰਦਾ ਦਿੱਤਾ, ਹਾਲਾਂਕਿ ਜੇ ਜਾਣਕਾਰੀ ਇਹ ਦੇ ਵੀ ਦਿੰਦੇ ਕੋਈ ਨੁਕਸਾਨ ਨਹੀਂ ਸੀ ਹੋਣਾ, ਕੋਈ ਬਹੁਤਾ ਬੜਾ ਮਸਲਾ ਕੋਈ ਕਿਹੜਾ ਉੱਥੇ ਪਹਾੜ ਗਿਰ ਜਾਣਾ ਸੀ? ਇਹਨਾਂ ਨੇ ਬਿਨਾਂ ਮਤਲਬ ਦੇ ਜਿਹੜੀਆਂ ਉਹਦੇ ਵਿੱਚ ਅੜੰਗੇ ਲਗਾਏ, ਕਿਉਂ ਲਗਾਏ? ਕਹਿੰਦੇ ਨਾ ਚੋਰ ਨੂੰ ਪਾਲਾ ਹੁੰਦਾ, ਉਹ ਚੋਰ ਦੀ ਦਾੜੀ 'ਚ ਤਿਨਕਾ ਹੁੰਦਾ, ਇਹਨਾਂ ਨੂੰ ਪਤਾ ਨਹੀਂ ਕਿਹੜਾ ਪਾਲਾ ਅੰਦਰ ਅੰਦਰ ਕਰ ਰਿਹਾ ਸੀ, ਇਹਨਾਂ ਨੇ ਸੁਪਰੀਮ ਕੋਰਟ ਦਾ ਵਿਰੋਧ ਕੀਤਾ। ਫਿਰ ਜਿਹੜੀ ਕੱਲ੍ਹ ਸੁਪਰੀਮ ਕੋਰਟ ਨੇ ਯਾਨੀ 11 ਤਰੀਕ ਨੂੰ ਇਹਨਾਂ ਨੂੰ ਝਾੜ ਲਗਾਈ ਆ, ਔਰ 12 ਤਰੀਕ ਨੂੰ ਯਾਨੀ ਅੱਜ 5 ਵਜੇ ਤੱਕ ਦਾ ਇਹਨਾਂ ਨੂੰ ਟਾਈਮ ਦਿੱਤਾ ਕਿ ਸਾਰਾ ਡਾਟਾ ਸਾਨੂੰ ਦਿਓ, ਜਿਹੜਾ ਉਹ ਥੱਪੜ ਵੱਜਿਆ ਉਹਦੇ ਵੱਲੋਂ ਲੋਕਾਂ ਦਾ ਧਿਆਨ ਹਟਾਉਣ ਵਾਸਤੇ ਕੱਲ੍ਹ ਹੀ ਇਹ ਫੈਸਲਾ ਹੋ ਗਿਆ। ਇਹ ਚਾਹੁੰਦੇ ਨਹੀਂ ਕਿ ਲੋਕਾਂ ਨੂੰ ਪਤਾ ਚੱਲੇ ਕਿ ਸਾਡੀ ਕਿੰਨੀ ਬੇਇੱਜ਼ਤੀ ਹੋਈ। ਵੈਸੇ ਤਾਂ ਸਰਕਾਰ ਦੇ ਕੁਝ ਆਲਾ ਮੰਤਰੀ ਜਿਹੜੇ ਸੀ ਕਿ ਮੈਂ ਨਾਂ ਨਹੀਂ ਲੈਣਾ, ਉਹਨਾਂ ਵੱਲੋਂ ਕੀ ਕਿਹਾ ਵੀ ਜਾ ਰਿਹਾ ਸੀ ਕਿ ਚੋਣਾਂ ਤੋਂ ਪਹਿਲਾਂ ਇਸ ਨੂੰ ਲਾਗੂ ਕਰ ਦਿੱਤਾ ਜਾਊਗਾ।
ਚੋਣਾਂ ਤੋਂ ਪਹਿਲਾਂ ਲਾਗੂ ਕਰ ਦਿੱਤਾ ਜਾਊਗਾ ਅਤੇ ਇਹ ਕਾਨੂੰਨ ਤਾਂ 2019 ਦਾ ਬਣਿਆ ਹੋਇਆ 19 ਦਸੰਬਰ 2019 'ਚ ਬਣਿਆ ਸੀਗਾ ਅਤੇ ਫਿਰ ਕਹਿੰਦੇ ਵੀ ਉਹ ਉਸ ਵੇਲੇ ਕੁਝ ਕਰੋਨਾ ਦੇ ਕਰਕੇ ਫਿਰ ਵੈਕਸੀਨੇਸ਼ਨ ਸੀਗੀ ਫਿਰ ਉਸ ਤੋਂ ਬਾਅਦ ਸ਼ਾਹੀਨ ਬਾਗ ਦਾ ਜਿਹੜਾ ਪ੍ਰੋਟੈਸਟ ਵੀ ਹੋਏ ਸੀਗੇ ਸੋ ਸਭ ਚੀਜ਼ਾਂ ਜਿਹੜੀਆਂ ਹੋਈਆਂ ਸੀ ਅਤੇ ਅੱਜ 4 ਸਾਲ ਬਾਅਦ ਜਿਹੜਾ ਵੈਸੇ ਤਾਂ ਕਹਿੰਦੇ ਕਿ ਸਿਟੀਜ਼ਨ ਅਮੈਂਡਮੈਂਟ ਰੂਲ 2024 ਦਾ ਲਾਗੂ ਕੀਤਾ ਕਿ ਉਹਦਾ ਰੂਲ ਨਹੀਂ ਸੀ ਬਣੇ ਹੁਣ ਰੂਲ ਬਣਾ ਕੇ ਅਤੇ ਇਸ ਨੂੰ ਲਾਗੂ ਕਰ ਦਿੱਤਾ ਗਿਆ ਅਤੇ ਹੁਣ ਤੁਹਾਨੂੰ ਸ਼ਾਹੀਨ ਬਾਗ ਵਾਲਿਆਂ ਲਿਖ ਕੇ ਦੇ ਦਿੱਤਾ ਕੋਈ ਵਿਰੋਧ ਨਹੀਂ ਕਰਨਾ ਕਿ ਉਹ ਮੁੜ ਕੇ ਧਰਨੇ 'ਚ ਨਹੀਂ ਬਹਿਣਗੇ ਹੁਣ ਤੁਹਾਨੂੰ ਆਸਾਮ ਦੇ ਲੋਕਾਂ ਨੇ ਲਿਖ ਕੇ ਦੇ ਦਿੱਤਾ ਕਿ ਉਹ ਇਹਦਾ ਵਿਰੋਧ ਨਹੀਂ ਕਰਨਗੇ ਤੁਸੀਂ ਕਾਨੂੰਨ ਬਣਾ ਰਹੇ ਹੋ ਆਸਾਮ ਦੇ ਲੋਕਾਂ ਦਾ ਸਹਾਰਾ ਲੈ ਕੇ ਆਸਾਮੀ ਲੋਕ ਹੀ ਤਾਂ ਸਭ ਤੋਂ ਵੱਧ ਵਿਰੋਧ ਕਰ ਰਹੇ ਨੇ ਜੀ ਭਾਈ ਇਹ ਕਿਹੋ ਜਿਹਾ ਕਾਨੂੰਨ ਹੈ ਤੁਸੀਂ ਕਿਸਾਨਾਂ ਵਾਸਤੇ ਕਾਨੂੰਨ ਬਣਾਏ 3-3 ਕਿਸਾਨਾਂ ਨੇ ਹੀ ਵਿਰੋਧ ਕੀਤਾ ਤੁਸੀਂ ਆਸਾਮ ਦੇ ਲੋਕਾਂ ਵਾਸਤੇ ਕਾਨੂੰਨ ਬਣਾਏ ਸਿਟੀਜ਼ਨ ਅਮੈਂਡਮੈਂਟ ਐਕਟ ਤਾਂ ਆਸਾਮ 'ਤੇ ਹੀ ਲਾਗੂ ਹੋਣਾ ਨਾ ਸਭ ਤੋਂ ਵੱਧ ਤ੍ਰਿਪੁਰਾ ਆਸਾਮ ਔਰ ਤ੍ਰਿਪੁਰਾ ਔਰ ਆਸਾਮ ਦੇ ਲੋਕ ਹੀ ਸਭ ਤੋਂ ਵੱਧ ਵਿਰੋਧ ਕਰ ਰਹੇ ਨੇ ਔਰ ਤੁਸੀਂ ਜਿਹੜੀਆਂ ਸਟੇਟਾਂ ਦਾ ਨੋਟੀਫਾਈ ਕੀਤੀਆਂ ਨੇ 10 ਸਟੇਟਾਂ ਜਿਹੜੇ 9 ਸਟੇਟਾਂ ਜਿਹੜੀਆਂ ਨੋਟੀਫਾਈ ਕੀਤੀਆਂ ਉਹਦੇ 'ਚ ਪੱਛਮੀ ਬੰਗਾਲ ਦਾ ਨਾਮ ਹੀ ਨਹੀਂ ਹੈਗਾ ਅਤੇ ਕਹਿਣ ਦਾ ਮਤਲਬ ਇਹ ਹੈਗਾ ਉਹ 'ਚ ਆਸਾਮ ਦਾ ਵੀ ਨਾਂ ਨਹੀਂ ਹੈਗਾ ਉਹ 'ਚ ਤ੍ਰਿਪੁਰਾ ਦਾ ਵੀ ਨਾਂ ਨਹੀਂ ਹੈਗਾ ਜੇ ਪੰਜਾਬ ਹਰਿਆਣਾ ਰਾਜਸਥਾਨ ਛੱਤੀਸਗੜ੍ਹ ਮੱਧ ਪ੍ਰਦੇਸ਼ ਯੂਪੀ ਗੁਜਰਾਤ ਮਹਾਰਾਸ਼ਟਰਾ ਇਹ ਜੇ ਦਿੱਲੀ ਇਹ 9 ਸਟੇਟਾਂ ਜਿਹੜੀਆਂ ਤੁਸੀਂ ਨੋਟੀਫਾਈ ਕੀਤੀਆਂ ਨੇ ਜਿੱਥੇ ਉਹਨਾਂ ਨੂੰ ਸਿਟੀਜ਼ਨਸ਼ਿਪ ਮਿਲਣੀ ਆ ਭਾਈ ਇੱਥੇ ਕਿਹੜਾ ਬੜਾ ਵੱਡਾ ਸੀ ਇਹ ਤਾਂ ਕਾਨੂੰਨ ਤਾਂ ਤੁਸੀਂ ਆਸਾਮ ਵਾਸਤੇ ਬਣਾਇਆ ਸੀ ਹਿੰਮਤ ਹੈਗੀ ਹੈ ਅਤੇ ਆਸਾਮ ਦਾ ਵੀ ਨਾਂ ਲਿਖੋ ਨਾ ਵਿੱਚ ਚੁੱਪ ਚੁਪੀ ਤੇ ਪਹਿਲਾਂ ਤੋਂ ਕਹਿੰਦੇ ਜਿਹੜੇ 30 ਜਿਹੜੇ ਹੈਗੇ ਸੀ ਡਿਸਟ੍ਰਿਕਟ ਮੈਜਿਸਟ੍ਰੇਟ ਸੀਗੇ ਉਹਨਾਂ ਨੂੰ ਇਹ ਪਹਿਲਾਂ ਤੋਂ ਹੀ ਮਤਲਬ ਕਿ ਕਰ ਦਿੱਤਾ ਸੀਗਾ ਜਿਹੜੇ ਹੋਮ ਸੈਕਟਰੀ ਸੀ ਡਿਸਟ੍ਰਿਕਟ ਮੈਜਿਸਟ੍ਰੇਟ ਸੀਗੇ ਵੀ ਇਹ ਜੇ ਕੋਈ ਤੁਹਾਨੂੰ ਨਜ਼ਰ ਆਉਂਦਾ ਹੈ ਜਾਂ ਕੋਈ ਸਿਟੀਜ਼ਨਸ਼ਿਪ ਵਾਸਤੇ ਜਿਹੜਾ ਐਪਲੀਕੈਂਟ ਹੈਗੇ ਕਾਬਲ ਉਸ ਨੂੰ ਸਿਟੀਜ਼ਨਸ਼ਿਪ ਵਾਸਤੇ ਕਰ ਸਕਦੇ ਹੋ ਤੁਸੀਂ ਤੁਹਾਡੇ ਘਰ ਦੀ ਸਿਟੀਜ਼ਨਸ਼ਿਪ ਨਾਲ ਜਿਹਨੂੰ ਮਰਜ਼ੀ ਦੇ ਦਿਓ ਹੈ ਤੁਹਾਡੇ ਬਾਪੂ ਨੇ ਬਣਾਈ ਹੈ ਸਿਟੀਜ਼ਨਸ਼ਿਪ ਸੰਵਿਧਾਨ ਤਾਂ ਬਾਬਾ ਸਾਹਿਬ ਨੇ ਬਣਾਇਆ ਨਾ ਜੀ ਬਾਬਾ ਸਾਹਿਬ ਦੇ ਸੰਵਿਧਾਨ ਦੇ ਹੁੰਦਿਆਂ ਹੋਇਆਂ ਤੁਸੀਂ ਕਿਵੇਂ ਇਹੋ ਜਿਹੀਆਂ ਸੰਵਿਧਾਨ ਦੀਆਂ ਧੱਜੀਆਂ ਉਡਾ ਸਕਦੇ ਹੋ ਪਹਿਲੀ ਗੱਲ ਤਾਂ ਸੁਪਰੀਮ ਕੋਰਟ ਵਿੱਚ ਇਹ ਚੀਜ਼ ਜਿਹੜੀ ਆ ਅੰਡਰ ਜੁਰਿਸਡਿਕਸ਼ਨ ਅਜੇ ਮਤਲਬ ਉਹਨਾਂ ਦੀ ਹੈ ਉੱਥੇ ਕੀ ਕਹਿੰਦੇ ਹੁੰਦੇ ਆ ਜੁਡੀਸ਼ਲ ਪ੍ਰੋਸੈਸ ਦੇ ਵਿੱਚ ਤੁਹਾਨੂੰ ਲਾਗੂ ਨਹੀਂ ਸੀ ਕਰਨਾ ਚਾਹੀਦਾ ਚਲੋ ਤੁਸੀਂ ਕੀਤਾ ਤੁਸੀਂ ਬਹੁਤ ਸਾਰੇ ਕੰਮ ਤੁਸੀਂ ਇਹੋ ਜਿਹੇ ਕਰਦੇ ਹੋ ਜਿਹੜੇ ਤੁਹਾਨੂੰ ਸ਼ੋਭਾ ਨਹੀਂ ਦਿੰਦੇ ਜਾਂ ਜਿਹੜੇ ਨਿਯਮਾਂ ਦੇ ਖਿਲਾਫ਼ ਹੁੰਦੇ ਨੇ ਉਹੀ ਤਾਂ ਕਹਾਣੀ ਸੁਣਾਈ ਨਾ ਮੈਂ ਕਿ ਮੰਨ ਲਓ ਕਿ ਇੱਕ ਕਬੱਡੀ ਖੇਡਦੇ ਨੇ ਕਿਸੇ ਨੇ ਰੇਡਰ ਨੂੰ ਫੜ ਲਿਆ ਜਾਫੀ ਨੇ ਉਹਨੇ ਚੱਕ ਕੇ ਮਿੱਟੀ ਮਾਰਤੀ ਉੱਥੇ ਅਤੇ ਉਹ ਪਹੁੰਚ ਗਈ ਪੜੋਲਾਂ ਤੱਕ ਉਹ ਕਹਿੰਦਾ ਲਓ ਜੀ ਵੇਖੋ ਮੇਰੀ ਮਿੱਟੀ ਪਹੁੰਚ ਗਈ ਮੈਂ ਵੀ ਪਹੁੰਚ ਗਿਆ ਇਹੋ ਜਿਹੇ ਕੰਮ ਕਰਦੇ ਨੇ ਨਿਯਮਾਂ ਦੇ ਖਿਲਾਫ਼ ਜਾ ਕੇ ਕੰਮ ਕਰਦੇ ਨੇ ਇਹ ਨਿਯਮਾਂ ਦੇ ਖਿਲਾਫ਼ ਜਾ ਕੇ ਕਾਨੂੰਨ ਬਣਿਆ ਸੰਵਿਧਾਨ ਦੀ ਭਾਵਨਾ ਦੇ ਖਿਲਾਫ਼ ਕਾਨੂੰਨ ਬਣਿਆ ਔਰ ਨਿਯਮਾਂ ਦੀਆਂ ਧੱਜੀਆਂ ਉੜਾ ਕੇ ਹੀ ਇਹਨੂੰ ਲਾਗੂ ਕੀਤਾ ਗਿਆ ਮੰਨ ਲਓ ਕੱਲ੍ਹ ਨੂੰ ਕੋਰਟ ਇਹਦਾ ਲੈ ਜਾਂਦੀ ਹੈ ਸੋ ਮੋਟੋ ਨੋਟਿਸ ਲੈ ਲੈਂਦੀ ਫਿਰ ਕਿੱਥੇ ਜਾਓਗੇ ਤੁਸੀਂ ਅਤੇ ਇਸ ਕਰਕੇ ਬਹੁਤ ਸਾਰੀਆਂ ਘਟਨਾਵਾਂ ਜੇ ਹੋਣ ਵਾਲੀਆਂ ਨੇ ਔਰ ਇਹਦੇ ਨਾਲ ਕੀ ਰੂਪ ਆਏਗਾ ਕਿਉਂਕਿ ਜੋ ਇਹਨਾਂ ਨੂੰ ਕੱਲ੍ਹ ਤਾਬੜ ਤੋੜ ਥੱਪੜ ਮਾਰੇ ਨੇ ਸੁਪਰੀਮ ਕੋਰਟ ਦੇ ਉਹ ਪੈਨਲ ਨੇ ਜੱਜਾਂ ਦੇ ਮਾਣਯੋਗ ਜੱਜਾਂ ਨੇ ਉਹਦੇ 'ਚ ਚੰਦਰਚੂੜ ਜੀ ਵੀ ਬੈਠੇ ਸੀਗੇ ਆਪਣੇ ਹੋਰ ਵੀ ਸੰਜੀਵ ਖੰਨਾ ਜੀ ਵੀ ਬੈਠੇ ਸੀਗੇ ਬੜੇ ਪਾਰਦੀਵਾਲਾ ਜੀ ਬੈਠੇ ਸੀ ਬੜੇ ਵੱਡੇ ਵੱਡੇ ਉੱਥੇ ਵਿਦਵਾਨ ਜੱਜ ਬੈਠੇ ਸੀ ਉਹਨਾਂ ਵੱਲੋਂ ਲੋਕਾਂ ਦਾ ਧਿਆਨ ਹਟਾਉਣ ਵਾਸਤੇ ਇਹਨਾਂ ਨੇ ਕੱਲ੍ਹ ਦਾ ਹੀ ਤਰੀਕ ਚੁਣੀ ਅਤੇ ਇਹ ਥੋੜ੍ਹਾ ਜਿਹਾ ਇਸ ਤੋਂ ਵੀ ਡਰੇ ਹੋਏ ਨੇ ਕਿ 14 ਤਰੀਕ ਨੂੰ ਮਹਾਂਪੰਚਾਇਤ ਹੋਣ ਵਾਲੀ ਹੈ ਕਿਸਾਨਾਂ ਦੀ ਦਿੱਲੀ ਵਿੱਚ ਅੱਛਾ ਡਾਕਟਰ ਸਾਹਿਬ ਚੋਣਾਂ ਦੇ ਨੇੜੇ ਜਿਹੜਾ ਇਸ ਨੂੰ ਲਾਗੂ ਕੀਤਾ ਗਿਆ ਕੀ ਮਨਸ਼ਾ ਲੱਗਦੀ ਹੈ ਵੀ ਮਨਸਾ ਇਹੋ ਹੀ ਹੈ ਕਿ ਦੇਸ਼ ਦੇ ਵਿੱਚ ਭਾਈ ਭਾਈ ਨੂੰ ਮਾਰੇ ਔਰ ਫਿਰਕੂ ਜ਼ਹਿਰ ਫੈਲਾਇਆ ਜਾਏ ਚੋਣਾਂ ਦੇ ਵਿੱਚ ਕੀ ਫਾਇਦਾ ਹੋ ਸਕਦਾ ਹੈ ਦੇਖੋ ਇਹ ਸਿਆਸੀ ਪਾਰਟੀਆਂ ਦੇਖੋ ਹੁੰਦਾ ਪਤਾ ਕੀ ਹੈ ਕਿ ਕੱਲ੍ਹ ਨੂੰ ਇਹ ਸਰਕਾਰਾਂ ਕਹਿਣਗੀਆਂ ਦੇਖੋ ਅਸੀਂ ਬੜੇ ਵੱਡੇ ਹਿੰਦੂ ਹਾਂ ਮੈਨੂੰ ਤਾਂ ਲੱਗਦਾ ਕਿ ਜਿਵੇਂ ਹੁਣ ਉੱਥੇ ਨੇਮ ਪਲੇਟ ਹੁੰਦੀ ਹੈ ਪ੍ਰਧਾਨ ਮੰਤਰੀ ਅਤੇ ਕੱਲ੍ਹ ਨੂੰ ਤਾਂ ਇਹ ਵੀ ਲਿਖਦੇ ਲੱਗਣਗੇ ਹਿੰਦੂ ਪ੍ਰਧਾਨ ਮੰਤਰੀ ਕੱਲ੍ਹ ਨੂੰ ਤਾਂ ਇਹ ਵੀ ਲਿਖ ਦੇਣਗੇ ਹਿੰਦੂ ਗ੍ਰਹਿ ਮੰਤਰੀ ਹਿੰਦੂ ਮੁੱਖ ਮੰਤਰੀ
ਇਹ ਹਿੰਦੂਆਂ ਦੇ ਹੀ ਚੈਂਪੀਅਨ ਬਣਨਾ ਚਾਹੁੰਦੇ ਆ, ਕਿਉਂਕਿ ਇੱਕ ਗੱਲ ਜਿਹੜੀ ਗੱਲ ਇਹ ਕਹਿੰਦੇ ਨੇ ਆਪਣੀਆਂ ਸਟੇਜਾਂ ਤੋਂ ਕਿ ਅਸੀਂ ਹਿੰਦੂ ਰਾਸ਼ਟਰ ਬਣਾਉਣਾ ਚਾਹੁੰਦੇ ਹਾਂ। ਹਿੰਦੂ ਰਾਸ਼ਟਰ ਮੰਨ ਲਓ ਤੁਹਾਡਾ ਹਿੰਦੂ ਰਾਸ਼ਟਰ ਬਣ ਨਹੀਂ ਜਾਂਦਾ, ਅਤੇ ਜਿਹੜੇ ਇੰਨੇ ਮੁਸਲਮਾਨ ਨੇ ਕੀ ਕਰੋਗੇ ਉਹਨਾਂ ਨਾਲ? ਧਰਮ ਕਨਵਰਟ ਤਾਂ ਉਹ ਕਰਨ ਲੱਗੇ ਨਹੀਂ ਕਿ ਉਹਨਾਂ ਨੂੰ ਚੱਕ ਕੇ ਸਮੁੰਦਰ ਸੁੱਟ ਦਿਓ। ਜਿਹੜੀਆਂ ਹੋਰ ਨੇ, ਕ੍ਰਿਸਚਨ ਨੇ, ਸਿੱਖ ਨੇ, ਪਾਰਸੀ ਨੇ, ਬੋਧੀ ਨੇ, ਇਹਨਾਂ ਨੂੰ ਕੱਢ ਦਿਓਗੇ ਇੱਥੋਂ? ਇੱਦਾਂ ਤਾਂ ਨਹੀਂ ਕਰ ਸਕਦੇ ਨਾ ਤੁਸੀਂ ਕੁਛ ਵੀ। ਹੁਣ ਚਲੋ ਇਹ ਆਪਣੇ ਆਪ ਨੂੰ ਸਾਬਤ ਕਰਨਾ ਚਾਹੁੰਦੇ ਆ ਕਿ ਅਸੀਂ ਇੱਕ ਹਿੰਦੂ ਰਾਸ਼ਟਰ ਬਣਾਉਣਾ ਚਾਹੁੰਦੇ ਹਾਂ। ਹਿੰਦੂ ਰਾਸ਼ਟਰ ਕੀ ਹੁੰਦਾ? ਕੀ ਉਹਦੇ 'ਚ ਇਨਸਾਨ ਨਹੀਂ ਰਹਿੰਦੇ? ਹਿੰਦੂ ਇਨਸਾਨ ਨਹੀਂ ਹੁੰਦੇ? ਉਹ ਕਹਿਣ ਦਾ ਮਤਲਬ ਇਹ ਹੈ ਕਿ ਤੁਸੀਂ ਲੋਕਾਂ ਨੂੰ ਪੋਲਰਾਈਜ਼ ਕਰਨਾ ਚਾਹੁੰਦੇ ਹੋ। ਹਾਲਾਂਕਿ ਹਿੰਦੂਆਂ ਦੇ ਨਾਂ ਦੇ ਉੱਤੇ ਜਿਹੜੇ ਸ਼ਡਿਊਲ ਕਾਸਟ ਨੇ, ਸ਼ਡਿਊਲ ਟ੍ਰਾਈਬ ਨੇ, ਉਹਨਾਂ ਨਾਲ ਤੁਸੀਂ ਜਾਨਵਰਾਂ ਵਾਲਾ ਸਲੂਕ ਕਰਨਾ ਚਾਹੁੰਦੇ ਹੋ, ਉਹਨਾਂ ਨੂੰ ਤੁਸੀਂ ਫਿਰ ਉਹ ਹਜ਼ਾਰਾਂ ਸਾਲ ਪੁਰਾਣੀ ਵਰਨ ਵਿਵਸਥਾ 'ਚ ਲੈ ਕੇ ਜਾਣਾ ਚਾਹੁੰਦੇ ਹੋ, ਮਨੁਵਾਦੀ ਵਿਵਸਥਾ ਲਾਗੂ ਕਰਨੀ ਚਾਹੁੰਦੇ ਹੋ। ਤੁਸੀਂ ਤਾਂ ਹਿੰਦੂਆਂ ਦੇ ਵੀ ਚੈਂਪੀਅਨ ਨਹੀਂ ਹੋ ਸਕਦੇ, ਔਰ ਮੈਜਾਰਟੀ 'ਚ ਕਰੀਬ 27% ਤਾਂ ਉਹ ਹੀ ਨੇ ਨਾ SC ST ਨੇ। ਬਿਲਕੁਲ, ਅਤੇ ਬੈਕਵਰਡ ਕਲਾਸਾਂ ਪਾ ਦਈਏ ਤਾਂ ਉਹ ਮੇਰੇ ਖਿਆਲ 65% ਬਣ ਜਾਂਦੇ ਆ, ਜ਼ਿਆਦਾ ਬਣ ਜਾਂਦੇ, ਇਸ ਤੋਂ ਵੀ ਜ਼ਿਆਦਾ ਬਣ ਜਾਂਦੇ ਸਰ। ਅਤੇ ਉਹ ਕਹਿਣ ਦਾ ਮਤਲਬ ਇਹ ਹੈ ਕਿ ਤੁਸੀਂ ਹਿੰਦੂਆਂ ਦੇ ਚੈਂਪੀਅਨ ਬਣਨ ਦੇ ਨਾਲੋਂ ਤੁਸੀਂ ਜੇ ਇਨਸਾਨ ਬਣ ਜਾਓ ਤਾਂ ਉਹ ਜ਼ਿਆਦਾ ਬਿਹਤਰ ਹੋਏਗਾ, ਲੋਕਾਂ ਨੂੰ ਲੋਕਾਂ ਨਾਲ ਵੰਡ ਕੇ। ਪਹਿਲੀ ਗੱਲ ਤਾਂ ਤੁਸੀਂ ਹਿੰਦੂ ਵੀ ਨਹੀਂ ਹੋ ਸਕਦੇ, ਕਿਉਂਕਿ ਜੇ ਤੁਸੀਂ ਹਿੰਦੂਆਂ ਦੇ ਪੱਖਧਾਰ ਹੁੰਦੇ ਤਾਂ ਤੁਸੀਂ ਜਿਹੜੇ ਸ਼੍ਰੀਲੰਕਾ ਤੋਂ ਕੁੱਟ ਖਾ ਕੇ ਹਿੰਦੂ ਆਏ ਨੇ ਉਹਨਾਂ ਨੂੰ ਵੀ ਇਹਦੇ ਵਿੱਚ ਘੇਰੇ 'ਚ ਲਿਆ ਹੁੰਦਾ। ਹੁਣ ਮੰਨ ਲਓ ਜਿਹੜੀਆਂ ਤੁਸੀਂ ਮਿਆਂਮਾਰ ਤੋਂ ਵੀ ਤਾਂ ਵਿਚਾਰੇ ਹਿੰਦੂ ਕੁੱਟ ਖਾ ਕੇ ਆਏ ਹੋਣਗੇ ਨਾ, ਉੱਥੇ ਬੋਧੀ ਵੀ ਆਏ ਨੇ, ਤੁਸੀਂ ਬੋਧੀਆਂ ਦੇ ਵੀ ਹੈ ਨਹੀਂ, ਤਿੱਬਤ ਤੋਂ ਵਿਚਾਰਾ ਜਿਹੜਾ ਬੋਧੀ ਆ ਗਿਆ ਤੁਸੀਂ ਤਾਂ ਉਹਦੇ ਵੀ ਮਿੱਤਰ ਨਹੀਂ ਬਣੇ। ਇਸ ਕਰਕੇ ਇਹ ਜਿਹੜੀਆਂ ਗੱਲਾਂ ਇਹਨਾਂ ਨੇ ਕੀਤੀਆਂ ਨੇ ਬਿਲਕੁਲ ਹੀ ਛੋਟੇ ਦਿਮਾਗ ਨਾਲ ਬਣਾਇਆ ਗਿਆ ਕਾਨੂੰਨ ਆ, ਮੰਦ ਭਾਵਨਾ ਨਾਲ ਬਣਾਇਆ ਗਿਆ ਕਾਨੂੰਨ ਆ। ਇੱਕ ਜਮਹੂਰੀ ਮੁਲਕ ਦੇ ਵਿੱਚ, ਇੱਕ ਲੋਕਰਾਜੀ ਮੁਲਕ ਦੇ ਵਿੱਚ ਇਹ ਗੱਲਾਂ ਚੰਗੀਆਂ ਨਹੀਂ ਲੱਗਦੀਆਂ। ਹੁਣ ਇਹਨਾਂ ਦਾ ਤਰਕ ਕਈਆਂ ਦਾ ਤਾਂ ਇਹ ਹੈ ਕਿ ਭਾਈ ਜਿਸ ਢੰਗ ਨਾਲ ਜੇ ਆਪਾਂ ਗੱਲ ਕਰੀਏ ਤਾਂ ਪਾਕਿਸਤਾਨ ਦੇ ਵਿੱਚ, ਅਫਗਾਨਿਸਤਾਨ ਦੇ ਵਿੱਚ ਔਰ ਬੰਗਲਾਦੇਸ਼ ਦੇ ਵਿੱਚ ਹਿੰਦੂਆਂ ਜਿਹੜੀ ਮੁਸਲਮਾਨ ਜਿਹੜੇ ਕੰਟਰੀ ਨੇ, ਹੁਣ ਪਾਕਿਸਤਾਨ ਦੇ ਵਿੱਚ 86.5% ਮੁਸਲਮਾਨ ਨੇ, ਅਫਗਾਨਿਸਤਾਨ ਦੇ ਵਿੱਚ 99.7% ਦੇ ਕਰੀਬ, ਅਤੇ ਬੰਗਲਾਦੇਸ਼ ਵਿੱਚ 91% ਮੁਸਲਮਾਨ ਨੇ। ਹਿੰਦੁਸਤਾਨ ਦੇ ਵਿੱਚ ਹੈਗੇ ਨੇ ਜੀ 14.6% ਦੇ ਆਸ ਪਾਸ 2023 ਦਾ ਜੋ ਮੋਟਾ ਮੋਟਾ ਜਿਹੜਾ ਅੰਦਾਜ਼ਾ ਹੈਗਾ। ਇਸ ਕਰਕੇ ਕਹਿੰਦੇ ਵੀ ਉੱਥੇ ਜਿਹੜੇ ਮਾਇਨੋਰਟੀਜ਼ ਨੇ ਉਹਨਾਂ ਦੇ ਨਾਲ ਧੱਕਾ ਹੁੰਦਾ, ਇਸ ਕਰਕੇ ਇਹਨਾਂ ਤਿੰਨਾਂ ਮੁਲਕਾਂ ਨੂੰ ਲਿਆ ਗਿਆ। ਹੁਣ ਤੁਸੀਂ ਦੇਖੋ ਕਿ ਕੀ ਪਾਕਿਸਤਾਨ ਦੇ ਵਿੱਚ ਸਾਰੇ ਮੁਸਲਮਾਨ ਖੁਸ਼ ਨੇ? ਕੀ ਬਲੋਚਿਸਤਾਨ ਦੇ ਵਿੱਚ ਮੁਸਲਮਾਨਾਂ 'ਤੇ ਅੱਤਿਆਚਾਰ ਨਹੀਂ ਹੁੰਦਾ? ਕੀ ਸਿੰਧ ਦੇ ਵਿੱਚ ਮੁਸਲਮਾਨਾਂ 'ਤੇ, ਜਿਨ੍ਹਾਂ ਨੂੰ ਕਹਿੰਦੇ ਮੁਹਾਜਰ ਕਹਿੰਦੇ ਆ, ਉਹਨਾਂ 'ਤੇ ਅੱਤਿਆਚਾਰ ਨਹੀਂ ਹੁੰਦੇ? ਇਸ ਕਰਕੇ ਇਹ ਤਾਂ ਧਾਰਨਾ ਹੀ ਗਲਤ ਹੈ ਕਿ ਪਾਕਿਸਤਾਨ ਦੇ ਵਿੱਚ ਮੁਸਲਮਾਨਾਂ ਸਾਰਿਆਂ ਨੂੰ ਅੱਖਾਂ 'ਤੇ ਬਿਠਾਇਆ ਹੋਇਆ ਉਹਨਾਂ ਨੇ। ਉਹ ਤਾਂ ਅਹਿਮਦੀਆ ਦਾ ਲਿਹਾਜ਼ ਨਹੀਂ ਕਰਦੇ, ਉਹ ਤਾਂ ਸ਼ੀਆ ਦਾ ਲਿਹਾਜ਼ ਨਹੀਂ ਕਰਦੇ। ਅਤੇ ਇਸ ਕਰਕੇ ਤੁਸੀਂ ਇਹ ਕਹਿ ਦਿਓ ਕਿ ਉਹ ਮੁਸਲਮਾਨ ਆ ਅਤੇ ਉਹ ਬੜੀਆਂ ਉੱਥੇ ਖੁਸ਼ੀਆਂ ਮਨਾ ਰਿਹਾ, ਇਹੋ ਜਿਹਾ ਤਾਂ ਕੁਛ ਹੈ ਹੀ ਨਹੀਂ। ਅਤੇ ਇਸ ਕਰਕੇ ਇਹ ਧਾਰਨਾ ਹੀ ਗਲਤ ਹੈ। ਦੇਖੋ, ਅਗਰ ਕੋਈ ਬੰਦਾ ਦੁਖੀ ਆ, ਮੰਨ ਲਓ ਹੁਣ ਕਾਬਲ ਦੇ ਵਿੱਚ ਗੜਬੜ ਹੈ, ਅਫਗਾਨਿਸਤਾਨ ਦੇ ਵਿੱਚ ਗੜਬੜ ਹੈ, ਮੰਨ ਲਓ ਜੇ ਉੱਥੇ ਹਿੰਦੂ ਦੁਖੀ ਨੇ, ਉੱਥੋਂ ਦੇ ਮੁਸਲਮਾਨ ਵੀ ਤਾਂ ਦੁਖੀ ਨੇ ਨਾ। 50 ਲੱਖ ਦੇ ਕਰੀਬ ਪਠਾਣ ਪਾਕਿਸਤਾਨ 'ਚ ਆ ਗਏ ਆਪਣਾ ਘਰ ਛੱਡ ਕੇ। ਆਪਣਾ ਘਰ ਛੱਡਣਾ ਸੌਖਾ ਹੁੰਦਾ? ਉਹ ਕਹਿਣ ਦਾ ਮਤਲਬ ਕਿ ਉਹ ਵੀ ਤਾਂ ਰਿਫਿਊਜੀ ਦੀ ਜ਼ਿੰਦਗੀ ਜੀ ਰਹੇ ਨੇ। ਉੱਥੇ ਤਾਂ ਅਫਗਾਨਿਸਤਾਨ ਦੇ 90% ਦੇ ਸੁੰਨੀ ਨੇ ਅਤੇ 10% ਜਿਹੜੇ ਹੈਗੇ ਉਹ ਸ਼ੀਆ ਨੇ। ਸ਼ੀਆ ਨੇ ਅਤੇ ਉਹ ਜਿਹੜੇ ਉੱਥੇ ਆਏ ਨੇ ਉਹ ਵੀ ਤਾਂ ਸੁੰਨੀ ਨੇ ਨਾ, ਜਿਹੜੇ ਪਾਕਿਸਤਾਨ 'ਚ ਆ ਕੇ ਬੈਠੇ ਨੇ। ਉਹਨਾਂ 'ਚ ਕਿੰਨੇ ਸ਼ੀਆ ਨੇ, ਕਿੰਨੇ ਸੁੰਨੀ ਨੇ, ਇੱਕ ਵੱਡੀ ਗਿਣਤੀ ਉਹਨਾਂ ਦੀ ਹੈਗੀ ਹੈ ਨਾ। ਜੇ ਅਸੀਂ ਇਹ ਦੇਖੀਏ ਵੀ ਜਿਹੜੀਆਂ ਗਲਤ ਸਰਕਾਰਾਂ ਹੁੰਦੀਆਂ ਜਾਂ ਗਲਤ ਨਿਜ਼ਾਮ ਹੁੰਦੇ ਨੇ, ਜਿਹੜੇ ਲੋਕ ਉੱਥੋਂ ਪ੍ਰਤਾੜਿਤ ਹੁੰਦੇ ਨੇ, ਹੁਣ ਸੀਰੀਆ 'ਚ ਲੋਕ ਉਜੜੇ ਸਾਰੀ ਦੁਨੀਆਂ 'ਚ ਫੈਲ ਗਏ, ਲੀਬੀਆ 'ਚ ਉਜੜੇ ਸਾਰੀ ਦੁਨੀਆਂ 'ਚ ਫੈਲ ਗਏ, ਲੋਕਾਂ ਨੇ ਤਾਂ ਉਹਨਾਂ ਨੇ ਤਾਂ ਇਹ ਨਹੀਂ ਕਿਹਾ ਵੀ ਇਹ ਮੁਸਲਮਾਨ ਨੂੰ ਮੰਨਣ ਵਾਲੇ ਨੇ। ਉੱਥੇ ਕਿਹੜਾ ਇਕੱਲੇ ਮੁਸਲਮਾਨ ਸੀਗੇ,
ਉੱਥੇ ਮੁਸਲਮਾਨ ਸੀਗੇ, ਉੱਥੇ ਜਜੀਦੀ ਸੀਗੇ, ਉੱਥੇ ਹੋਰ ਧਰਮਾਂ ਨੂੰ ਮੰਨਣ ਵਾਲੇ ਸੀ, ਸ਼ੀਆ ਸੀ, ਸੁੰਨੀ ਸੀ, ਬੜੇ ਤਰ੍ਹਾਂ ਦੇ ਲੋਕ ਸੀਗੇ, ਇੱਕ ਉਹ ਕੁਰਦ ਸੀਗੇ, ਅਤੇ ਉਹ ਸਾਰੇ ਲੋਕ ਯੂਰਪ ਦੇ ਲੋਕਾਂ ਨੇ ਤਾਂ ਇਹੋ ਜਿਹੀ ਡਿਸਕ੍ਰਿਮੀਨੇਟ ਕੀਤੀ ਨਹੀਂ। ਹੁਣ ਅਸੀਂ ਆਪਣੇ ਆਪ ਨੂੰ ਸਾਬਤ ਕਰਨਾ ਚਾਹੁੰਦੇ ਹਾਂ ਕਿ ਅਸੀਂ ਅਨਪੜ੍ਹ ਹੈ, ਅਸੀਂ ਡੰਗਰ ਹੈ, ਅਸੀਂ ਬੇਵਕੂਫ ਹੈ, ਸਾਨੂੰ ਨਹੀਂ ਪਤਾ, ਸਾਨੂੰ ਇਨਸਾਨੀਅਤ ਨਾਲ ਕੋਈ ਮਤਲਬ ਨਹੀਂ ਹੈਗਾ ਪਤਾ, ਸਾਨੂੰ UN ਹਿਊਮਨ ਰਾਈਟਸ ਚਾਰਟਰ ਨਾਲ ਕੋਈ ਮਤਲਬ ਨਹੀਂ ਹੈਗਾ, ਅਸੀਂ ਦੁਨੀਆ ਦੇ ਵਿੱਚ ਜੋ ਇਨਸਾਨੀਅਤ ਦੇ ਜੋ ਪੈਮਾਨੇ ਤੈਅ ਕੀਤੇ ਗਏ ਨੇ ਅਸੀਂ ਉਹਨਾਂ ਤੋਂ ਨੀਚੇ ਗਿਰ ਕੇ, ਜੋ ਹਜ਼ਾਰਾਂ ਸਾਲ ਪੁਰਾਣੀ ਜੋ ਸੜੀ ਹੋਈ ਇੱਕ ਮਾਨਸਿਕਤਾ ਹੈਗੀ ਹੈ, ਇੱਕ ਧਾਰਮਿਕ ਜਿਹੜੀ ਕੱਟੜਵਾਦ ਦੀ ਵਿਚਾਰਧਾਰਾ ਹੈਗੀ ਆ, ਅਸੀਂ ਉਹਦੇ ਨਾਲ ਗ੍ਰਸਤ ਹੈਗੇ ਹਾਂ, ਉਹ ਕੀੜੇ ਨੇ ਸਾਨੂੰ ਕੱਟਿਆ ਹੋਇਆ, ਉਹ ਵਾਇਰਸ ਗੰਦਾ ਸਾਡੇ ਦਿਮਾਗਾਂ 'ਚ ਘੁੰਮ ਰਿਹਾ, ਇਹੋ ਜਿਹੇ ਭਾਵਨਾ ਨਾਲ ਬਣਾਇਆ ਗਿਆ ਕਾਨੂੰਨ। ਮੈਨੂੰ ਲੱਗਦਾ ਜਿਸ ਢੰਗ ਨਾਲ ਡਾਕਟਰ ਸਾਹਿਬ ਇਹ ਮਾਮਲਾ ਅਜੇ ਵੀ ਕੋਰਟ ਦੇ ਵਿੱਚ ਹੈਗਾ ਅਤੇ ਹੋ ਸਕਦਾ ਕਿ ਕੋਰਟ ਆਪਣਾ ਇਸ ਮੁੱਦੇ 'ਤੇ ਕੋਈ ਅਹਿਮ ਫੈਸਲਾ ਵੀ ਸੁਣਾ ਸਕਦਾ, ਕੀ ਖਿਆਲ ਹੈ ਤੁਹਾਡਾ? ਦੇਖੋ ਜੀ, ਇਹ ਤਾਂ ਪਹਿਲਕਦਮੀ ਕੋਰਟ ਨੇ ਲੈਣੀ ਹੈ, ਅਸੀਂ ਤਾਂ ਕੋਰਟ ਦੇ ਬੁਲਾਰੇ ਹੈ ਨਹੀਂ ਕਿ ਅਸੀਂ ਉਹਨਾਂ ਵੱਲੋਂ ਕੁਛ ਕਹੀਏ, ਅਤੇ ਬਾਕੀ ਜਿਹੋ ਜਿਹੇ ਫੈਸਲੇ ਸਾਡੇ ਮਾਣਯੋਗ ਚੀਫ ਜਸਟਿਸ ਸਾਹਿਬ ਨੇ ਲਏ ਨੇ ਇਹ ਅਹੁਦਾ ਸੰਭਾਲਣ ਤੋਂ ਬਾਅਦ, ਉਹਦੇ ਨਾਲ ਤਾਂ ਬੜਾ ਉਹਨਾਂ ਦਾ ਜਿਹੜਾ ਕੱਦ ਹੈ ਇੱਕ ਸੁਪਰੀਮ ਕੋਰਟ ਦਾ ਔਰ ਉਹਨਾਂ ਦਾ ਆਪਣਾ ਕੱਦ ਹੈ ਲੋਕਾਂ ਦੀ ਨਜ਼ਰਾਂ 'ਚ ਬਹੁਤ ਬਹੁਤ ਉੱਚਾ ਹੈ। ਬਿਲਕੁਲ ਬਿਲਕੁਲ ਜੀ, ਮੇਰੇ ਖਿਆਲ ਪਹਿਲੇ ਸੁਪਰੀਮ ਕੋਰਟ ਦੇ ਇਹੋ ਜਿਹੇ ਜੱਜ ਨੇ ਜਿਹੜੇ ਜਿਹਨਾਂ ਦੇ ਵਿੱਚ ਮਹਾਨਤਾ ਜਿਹੜੀ ਮੈਂ ਸਮਝਣਾ ਝਲਕਦੀ ਪਈ ਹੈ ਬਹੁਤ। ਦੇਖੋ ਮੈਂ ਤਾਂ ਦੀਪਕ ਮਿਸਰਾ ਜੀ ਦੀ ਵੀ ਬੜੀ ਇੱਜ਼ਤ ਕਰਦਾ, NV ਰਮੰਨਾ ਜੀ ਵੀ ਦੀ ਬੜੀ ਇੱਜ਼ਤ ਕਰਦਾ, ਅਤੇ ਇਹ ਇਹਨਾਂ ਨੇ ਤਾਂ ਆਪਣਾ ਇੱਕ ਅਹੁਦਾ ਹੀ ਬੜਾ ਉੱਚਾ ਲੈ ਗਏ ਨੇ, ਅਤੇ ਜੇ ਅਗਰ ਉਹ ਕੋਈ ਇਹੋ ਜਿਹਾ ਸੂ ਮੋਟੋ ਨੋਟਿਸ ਲੈਂਦੇ ਨੇ ਤਾਂ ਇਹ ਬੜੀ ਧੰਨ ਭਾਗ ਹੋਣਗੇ, ਦੇਸ਼ ਦੇ ਵੀ, ਦੇਸ਼ ਵੀ ਬਚ ਜਾਏਗਾ, ਨਹੀਂ ਤਾਂ ਆਹ ਤਾਂ ਜਿਹੜੇ ਬੇੜਾ ਗਰਕ ਕਰਨ ਵਾਸਤੇ ਜਿਹੜੀ ਸੱਤਾ 'ਤੇ ਬੈਠੇ ਨੇ ਇਹਨਾਂ ਦਾ ਤਾਂ ਮੈਂ ਕਹਿੰਦਾ ਇਹਨਾਂ ਦੀ ਤਾਂ ਨਿੰਦਿਆ ਕਰੀਏ ਨਾ, ਤਾਂ ਨਿੰਦਿਆ ਸ਼ਬਦ ਵੀ ਛੋਟਾ ਪੈ ਜਾਂਦਾ, ਕੀ ਕਰੀਏ, ਇਸ ਤੋਂ ਅੱਗੇ ਤੁਸੀਂ ਕੁਛ ਕਹਿ ਹੀ ਨਹੀਂ ਸਕਦੇ। ਚਲੋ ਡਾਕਟਰ ਸਾਹਿਬ, ਤੁਸੀਂ ਸਟੂਡੀਓ ਦੇ ਵਿੱਚ ਆਏ ਅਤੇ CAA ਐਕਟ ਨੂੰ ਲੈ ਕੇ, ਕਾਨੂੰਨ ਨੂੰ ਲੈ ਕੇ ਗੱਲਬਾਤ ਕੀਤੀ, ਜਾਣਕਾਰੀਆਂ ਦਿੱਤੀਆਂ, ਬਹੁਤ ਬਹੁਤ ਸ਼ੁਕਰੀਆ, ਧੰਨਵਾਦ। ਧੰਨਵਾਦ।